Thank you.
عشر مرات ايش اللي بكاي صار ما هو صار من السيارة هذا هذا سنسارية وقنا أنا سنتي جواب هذا سنسار تو مين هذا سنسار تو بار هو سنسارية يا بار سنسار تو بار هو بار بين جانا سنسارية جانے اور یہاں کچھ دن پر نارے سکاری بابا جی نارے سکنے آخری سنسار یا نا پوری کا جو سپریڈ ہوگا سب کی دیکھ کرنا رہے چلے گئے ڈاکٹر ہرداس سنسار مورا سنتی میں ڈاکٹر ہرداس میں اس کو بڑی شاہ سکنی thank you.
ਇਹ ਬੜਿਆਈ ਕਰਦੀ ਹੈ ਸੰਤ ਬਾਬਾ ਰੇਸ਼ਮ ਸਿੰਘ ਜੀ ਨੂੰ ਇਹ ਜੋ
Pulau Batu Tenggiri, Pisang Batu Sedih Yang Dekat.
ਕਰਮੀ
ਦੇਸ਼ਾਂ ਦੇਸ਼ਾਂ ਦਾ ਮੋਗ ਹੋਏਗਾ ਪਾਣੀ ਦਾ ਸਾਨੂੰ ਪਰਮਾਤਮਾ
सबसे पाशाह से जब के पास ही थी कि खुदा ने फरमाया को इस प्रवाह सर लग गई अपना वाला जो उसने आने ना चाहते वाला की तो ले और ये इस पर बता तारा बता मैं अपनी जो सच्चे भी सारे ऊपर है विच परात्मा ने उतारे कितना चीज है जो बुलवाड़ी हुए सारे परमात्मा सरदार गौरव सिंह
ਇਹਦੇ ਚੰਗੇ ਪਰਿਵਾਰ ਦੇ ਵਿੱਚ ਪੈਦਾ ਕੀਤਾ, ਇਸ ਸੰਸਾਰ ਦੇ ਵਿੱਚ ਉਹਨਾਂ ਦਾ ਨਾਂ ਕੀਤਾ ਅਤੇ ਅਸੀਂ ਅੱਗੇ ਕਹਿੰਦੇ ਹਾਂ ਕਿ ਪਰਮਾਤਮਾ ਅੱਗੇ ਵੀ ਉਹਨਾਂ ਨੂੰ ਕੋਈ ਇਸ ਸਥਾਨ ਦੇ ਵਿੱਚ ਰੱਖੇ ਅੱਛੇ ਦੇ ਵਿੱਚ, ਕਿਉਂਕਿ ਬਾਬਾ ਗੁਰੂ ਸਿੰਘ ਦੇ ਚਾਰ ਬੇਟੇ ਸੀ, ਸਭ ਤੋਂ ਵੱਡੇ ਬੇਟੇ ਸਰਦਾਰ ਰਸ਼ਮ ਸਿੰਘ, ਸਰਦਾਰ ਰਸ਼ਮ ਸਿੰਘ ਸਰਦਾਰ ਗੋਬਿੰਦ ਸਿੰਘ ਜੀ ਦੀ ਪ੍ਰੇਰਨਾ ਨਾਲ ਸ਼ੁਰੂ ਸ਼ੁਰੂ ਦੇ ਵਿੱਚ ਸ਼ਾਦੇ ਆਸ਼ਰਮ ਵਿੱਚੋਂ ਆਪਣਾ ਇਹ ਪ੍ਰੋਗਰਾਮ ਸ਼ੁਰੂ ਕੀਤਾ ਸੀ। ਸ਼ਾਦੇ ਆਸ਼ਰਮ ਤੋਂ ਤੁਰ ਕੇ ਬਾਬਾ ਰੇਸ਼ਮ ਸਿੰਘ ਚਟਪੱਖੀ ਆਏ। ਬਾਬਾ ਰੇਸ਼ਮ ਸਿੰਘ ਜੀ ਦੀ ਵਜ੍ਹਾ ਨਾਲ ਚਟਪੱਖੀ ਦਾ ਨਾਮ ਵੀ ਉੱਚਾ ਹੋਇਆ, ਇਸ ਇਲਾਕੇ ਦਾ ਨਾਮ ਵੀ ਉੱਚਾ ਹੋਇਆ। ਮੈਂ ਸਰਦਾਰ ਰੇਸ਼ਮ ਸਿੰਘ ਦੀ ਇਸ ਗੱਲ ਕਰਕੇ ਤਾਰੀਫ ਕਰਦਾ ਕਿ ਸਰਦਾਰ ਰੇਸ਼ਮ ਸਿੰਘ ਇਹਨਾਂ ਦੀ ਪ੍ਰੇਰਨਾ ਨਾਲ ਇਹ ਜੇ ਗਰ ਜਿਹਨਾਂ ਦੇ ਚੰਗੀ ਜ਼ਮੀਨਾਂ ਦੇ ਦਾਦਾ ਸੀਗੀਆਂ ਉਹ ਸ਼ਰਮ ਬਾਬੀ ਪੀ ਕੇ ਸਾਰੇ ਆਪਣੇ ਮਾਂ ਬਾਪ ਨੂੰ ਬੱਚਿਆਂ ਨੂੰ ਘਰ ਵਾਲਿਆਂ ਨੂੰ ਤੰਗ ਕਰਦੇ ਸੀ। ਬਾਬਾ ਰੇਸ਼ਮ ਸਿੰਘ ਦੀ ਪ੍ਰੇਰਨਾ ਨਾਲ ਉਹਨਾਂ ਲੋਕਾਂ ਨੇ ਸ਼ਰਾਬ ਛੱਡ ਦਿੱਤੀ, ਅੱਜ ਉਹ ਵੀ ਪਰਮਾਤਮਾ ਦੇ ਨਾਲ ਲੱਗੇ ਹੋਏ। ਬਾਬਾ ਰੇਸ਼ਮ ਸਿੰਘ ਦੀ ਵਜ੍ਹਾ ਨਾਲ ਇੱਥੇ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਸੀ ਜਿਹੜੇ ਕੋਈ ਸੁਰਫਾ ਵੇਚਦਾ ਸੀ, ਕੋਈ ਅਕੀਤ ਵੇਚਦਾ ਸੀ, ਕੋਈ ਕੁਛ ਕਰਦਾ ਸੀ। ਬਾਬਾ ਜੀ ਦੇ ਆਦੇਸ਼ ਨਾਲ, ਇਹਨਾਂ ਦੇ ਸਮਝਾਉਣ ਨਾਲ, ਇਹਨਾਂ ਦੇ ਹੁਕਮ ਨਾਲ ਅੱਜ ਉਹ ਲੋਕ ਵੀ ਪਰਮਾਤਮਾ ਦੇ ਨਾਲ ਜੁੜੇ ਹੋਏ, ਜੋ ਸਾਰਾ ਦਿਨ ਰਬ ਰਬ ਕਰਦੇ ਫਿਰਦੇ ਕੰਮ ਕਰਦੇ। ਅਤੇ ਅਸੀਂ ਦੂਜੀ ਵਾਰ ਪ੍ਰਾਰਥਨਾ ਕਰਦੇ ਹਾਂ ਕਿ ਪਰਮਾਤਮਾ ਸਰਦਾਰ ਗੋਬਿੰਦ ਸਿੰਘ ਉਹਨਾਂ ਨੂੰ ਉਹਨਾਂ ਦੀ ਜ਼ਿੰਦਗੀ ਬਾਰੇ ਥੋੜ੍ਹਾ ਜਿਹਾ ਦੱਸਾਂ। ਸੰਨ 1962 ਦੇ ਵਿੱਚ ਪਹਿਲੀ ਵਾਰ ਮੈਨੂੰ ਸਰਦਾਰ ਗੋਬਿੰਦ ਸਿੰਘ ਹੋਣੀ, ਉਸ ਵੇਲੇ ਗੁਰਦੁਆਰਾ ਪੰਚਾਇਤ ਸਮਿਤੀ ਦੇ ਚੇਅਰਮੈਨ ਹੁੰਦੇ ਸੀਗੇ ਸਰਦਾਰ ਠਾਕੁਰ ਅਰਜਨ ਸਿੰਘ। ਮੈਂ ਉਸ ਵੇਲੇ ਕੁੜੀਆਂ ਸਰੋਵਰ ਲੋਕ ਪੰਚਾਇਤ ਸਮਿਤੀ ਦਾ ਚੇਅਰਮੈਨ ਹੁੰਦਾ ਸੀਗਾ। ਸਾਡੀ ਧੰਨਵਾਦ। ਆਉਣ ਵਾਲੀਆਂ ਪੀੜ੍ਹੀਆਂ ਕਦੇ ਭੁੱਲ ਨਹੀਂ ਸਕਦੀਆਂ ਕਿੱਡਾ ਇੱਕ ਇਹੋ ਜਿਹਾ, ਸਾਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ ਕਿ ਇਹੋ ਜਿਹੇ ਕ੍ਰਿਸ਼ਮਾ ਦੇ ਕੇ ਗਏ ਜਿਹਨੇ ਆਉਣ ਵਾਲੀਆਂ ਜਨਰੇਸ਼ਨ ਦੇ ਵਿੱਚ ਲੋਕਾਂ ਦੀ ਭਲਾਈ, ਲੋਕਾਂ ਨੂੰ ਗੁਰੂ ਮਹਾਰਾਜ ਦੇ ਨਾਲ ਜੋੜਨ ਵਾਸਤੇ ਇੱਕ ਸੰਤ ਮਹਾਂਪੁਰਸ਼ ਦੇ ਕੇ ਗਏ। ਇਸ ਤਰ੍ਹਾਂ ਦੀ ਵੱਡਾ ਅਤੇ ਹੋਰ ਦਾਨ ਵੀ ਹੋ ਨਹੀਂ ਸਕਦਾ। ਅੱਜ ਅਸੀਂ ਉਹਨਾਂ ਤੋਂ ਵਾਂਝੇ ਹੋਏ ਹਾਂ ਔਰ ਉਹਨਾਂ ਨੇ ਉਮਰ ਬੇਸ਼ੱਕ 100 ਸਾਲ ਤੋਂ ਵੱਧ ਨਿਭਾਈ, ਆਪਣਾ ਤਜਰਬਾ ਆਪਣਾ ਇਲਾਕੇ ਦੇ ਵਿੱਚ ਅਸਰ ਸਰੂਪ ਬਣਾ ਕੇ ਸਾਨੂੰ ਬਹੁਤ ਵੱਡਾ ਮਾਣ ਬਖਸ਼ਿਆ। ਸੋ ਇਸ ਕਰਕੇ ਇਹ ਸਰਮਾਇਆ ਜਿਹੜਾ ਮੈਂ ਸਮਝਾਂ ਕਿ ਬਜ਼ੁਰਗ ਕਿਸੇ ਇੱਕ ਪਰਿਵਾਰ ਦਾ, ਇੱਕ ਕੌਮ ਦਾ ਨਹੀਂ, ਸਾਰੀ ਦੁਨੀਆ ਦਾ ਸਰਮਾਇਆ ਹੁੰਦਾ ਹੈ। ਜੇ ਬਜ਼ੁਰਗ ਤਜਰਬੇ ਨਾਲ ਆਪਣੇ ਜੀਵਨ ਦੇ ਵਿੱਚ ਆਪਣੇ ਸਮਾਂ ਜਿਹੜਾ ਬਿਤਾ ਕੇ ਜਾਂਦਾ, ਉਹਦੇ ਤੋਂ ਬਹੁਤ ਕੁਛ ਜਿਹੜਾ ਉਹ ਬੱਚਿਆਂ ਨੂੰ ਮਿਲਦਾ। ਪਰ ਅੱਜ ਅਸੀਂ ਉਸ ਤੋਂ ਵਾਂਝੇ ਹੋਏ ਹਾਂ। ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਬਾਬਾ ਰੇਸ਼ਮ ਸਿੰਘ ਜੀ ਜੋ ਇਸ ਇਲਾਕੇ ਦਾ ਨਾਮ ਰੋਸ਼ਨ ਕਰ ਰਹੇ ਹਨ, ਜੋ ਰੋਸ਼ਨ ਕੀਤਾ, ਇਸ ਦੀ ਕੋਈ ਮਿਸਾਲ ਨਹੀਂ ਹੋ ਸਕਦੀ। ਇਸ ਕਰਕੇ ਕਿਉਂਕਿ ਮੈਂ ਤਾਂ ਇਹਨਾਂ ਦੇ ਪਰਿਵਾਰ ਦਾ ਮੈਂਬਰ ਹਾਂ, ਜਦੋਂ ਵੀ ਕਿਤੋਂ ਇਸ ਸੜਕ ਤੋਂ ਲੰਘਦੇ ਤਾਂ ਇੱਥੇ ਆਸ਼ੀਰਵਾਦ ਲੈ ਕੇ, ਮੱਥਾ ਟੇਕ ਕੇ, ਕੋਈ ਵੀ ਕੰਮ ਕਰਨਾ ਹੁੰਦਾ ਤਾਂ ਪਹਿਲਾਂ ਇੱਥੇ ਆ ਕੇ ਆਸ਼ੀਰਵਾਦ ਲੈ ਕੇ ਜਾਈਦਾ। ਔਰ ਹਮੇਸ਼ਾ ਉਸ ਨੂੰ ਪਰਮਾਤਮਾ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਪੂਰਾ ਵੀ ਕਰਦੇ ਹੈ। ਸੋ ਇਸ ਕਰਕੇ ਇਹਨਾਂ ਦੀ ਜਿਹੜੀ ਦੇਰ ਇਸ ਇਲਾਕੇ ਨੂੰ, ਇਕੱਲਾ ਇਹ ਨਹੀਂ ਕਿ ਸਾਡੇ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਕੇ ਜਾਂ ਧਰਮ ਦਾ ਪ੍ਰਚਾਰ ਕਰਦੇ। ਮੈਂ ਇੱਥੇ ਆ ਕੇ ਦੇਖਿਆ ਕਿ ਕਈ ਵਾਰ ਜਦੋਂ ਕੁਛ ਲੋਕ, ਦੇ ਸਹਾਰਾ ਲੋਕ, ਕੋਈ ਗਰੀਬ ਪਰਿਵਾਰ ਦੇ ਲੋਕ ਬਾਬਾ ਜੀ ਕੋਲ ਆ ਕੇ ਪ੍ਰਿਆਰ ਕਰਦੇ ਕਿ ਬਾਬਾ ਜੀ ਸਾਡੇ ਘਰ ਅੱਜ ਖਾਣ ਨੂੰ ਕੁਛ ਨਹੀਂ ਹੈ, ਮੇਰੀ ਬੇਟੀ ਦੀ ਸ਼ਾਦੀ ਹੈ, ਮੇਰੇ ਬੱਚੇ ਕੋਲ ਪੜ੍ਹਨ ਵਾਸਤੇ ਮੈਂ ਫੀਸ ਨਹੀਂ ਦੇ ਸਕਦਾ, ਅਤੇ ਬਾਬਾ ਜੀ ਉਹਨੂੰ ਵੀ ਖੁੱਲ੍ਹ ਦਿਲੀ ਦੇ ਨਾਲ ਜੋ ਦਾਨ ਦੇ ਵਜੋਂ ਦੇ ਕੇ ਉਹਨਾਂ ਦਾ ਵੀ ਜਿਹੜਾ ਸਹਾਰਾ ਬਣਦੇ। ਸੋ ਬੜੀ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ, ਇਸ ਤਰ੍ਹਾਂ ਦੇ ਮਹਾਂਪੁਰਸ਼, ਇਸ ਤਰ੍ਹਾਂ ਦੇ ਗੁਰੂ ਜਿਹੜੇ ਬਹੁਤ ਘੱਟ ਮਿਲਦੇ। ਸੋ ਜਿਹੜੀ ਦੇਰ ਸਰਦਾਰ ਰੇਸ਼ਮ ਸਿੰਘ ਜੀ ਦੀ ਹੈ, ਮੈਂ ਜ਼ਿਆਦਾ ਲੰਬਾ ਨਾ ਜਾਂਦਾ, ਕਾਫੀ ਸਮਾਂ ਹੋ ਗਿਆ। ਮੈਂ ਇੱਥੇ ਅੱਜ ਜੋ ਇਸ ਪਰਿਵਾਰ ਦੇ ਨਾਲ, ਸਾਡੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਮਹਾਂਪੁਰਸ਼ ਸੰਤ ਮਹਾਂਪੁਰਸ਼ ਸਿਆਸੀ ਪਾਰਟੀਆਂ ਦੇ ਆਗੂ, ਬੁੱਧੀਜੀਵੀ, ਬਹੁਤ ਸਾਰੇ ਵੀਰ ਜੋ ਅੱਜ ਦੁੱਖ ਸਾਂਝਾ ਕਰਨ ਵਾਸਤੇ ਆਏ, ਮੈਂ ਉਹਨਾਂ ਦਾ ਪਰਿਵਾਰ ਵੱਲੋਂ ਦਿਲ ਦੀਆਂ ਗੱਡੀਆਂ ਤੋਂ ਧੰਨਵਾਦ ਕਰਦਾ ਕਿ ਉਹਨਾਂ ਦਾ ਇੱਕ ਇੱਕ ਕਦਮ ਜਿਹੜਾ ਉਹ ਸਾਡੇ ਸਿਰ ਮੱਥੇ ਹੈ, ਔਰ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਮੇਰੀ
परिवार को भी बेनती है क्योंकि जिस वीर ने लंगर पानी नहीं छकिया वो लंगर भी जरूर छा के जाए ताकि सरदार नौरव सिंह जी जितने आप श्रद्धा के फूल भेट करवा जाए आज जो नसीस है उन्होंने जी जीवनी है उन्होंने भी आप कुछ सीख के जाइए बहुत बहुत धन्यवाद वाहगुरू जी का खालसा वाहगुरू जी का